ਮੇਰਾ ਨਾਮ ਮਨੋਹਰ ਸਿੰਘ ਹੈ ਜੀ। ਜੀ ਅੱਜ ਪ੍ਰੈਸ ਦੇ ਰੂਬਰੂ ਹੋਣ ਦਾ ਕੀ ਖਾਸ ਮਕਸਦ ਆ ਜੀ ਆਪਣਾ? ਮੇਰਾ ਖਾਸ ਮਕਸਦ ਹੈਗਾ ਕਿ ਮੈਂ ਇਨਸਾਫ ਦੀ ਮੰਗ ਕਰਨੀ ਹੈ ਜੀ। ਉਹ ਮੰਗ ਇਸ ਤਰ੍ਹਾਂ ਦੀ ਹੈ ਕਿ ਮੇਰੀ ਆਪਣੀ ਨਹੀਂ ਹੈ, ਉਹ ਪਬਲਿਕ ਦੀ ਮੰਗ ਹੈ ਜੀ। ਕਿੱਦਾਂ ਦੀ ਮੰਗ ਹੈ ਜੀ? ਮੇਰੇ ਘਰ ਦੇ ਸਾਹਮਣੇ ਇੱਕ ਪਲਾਟ ਹੈ ਜੀ, ਉਹ ਪੰਚਾਇਤੀ ਹੈ। ਹਾਂਜੀ। ਅਤੇ ਪੰਚਾਇਤ ਬਹੁਤ ਵਧੀਆ ਕੰਮ ਕਰ ਰਹੀ ਸੀ ਪਿੱਛੇ, ਪਹਿਲਾਂ ਤੋਂ ਉਹਨਾਂ ਨੇ ਉਹ ਪੰਚਾਇਤੀ ਪਲਾਟ 'ਤੇ ਕਬਜ਼ਾ ਸੀਗਾ ਕੁਝ ਨਜਾਇਜ਼ ਜੀ, ਉਹ ਉਹਨਾਂ ਨੇ ਤੁੜਵਾ ਦਿੱਤਾ, ਰੁੱਖ ਪਟਾ ਦਿੱਤੇ JCB ਲਾ ਕੇ। ਅਤੇ ਹੁਣ ਉਹ ਦੁਬਾਰਾ ਇੱਕ ਖਾਸ ਵਿਅਕਤੀ ਜੋ ਹੈ ਜਾਂ ਖਾਸ ਪਰਿਵਾਰ ਹੈ ਉਹ ਨਜਾਇਜ਼ ਕਬਜ਼ਾ ਕਰ ਰਿਹਾ, ਅਤੇ ਮੈਂ ਨਜਾਇਜ਼ ਕਬਜ਼ਾ ਤੁੜਵਾਉਣ ਦੀ ਕੋਸ਼ਿਸ਼ ਵਿੱਚ ਹਾਂ ਕਿ ਉਹ ਪਬਲਿਕ ਨੂੰ ਜੋ ਪਲਾਟ ਪਬਲਿਕ ਦਾ ਤਾਂ ਪਬਲਿਕ ਨੂੰ ਦਿੱਤਾ ਜਾਵੇ। ਇਸ ਸੰਬੰਧੀ ਕੋਈ ਪੰਚਾਇਤ ਨਾਲ ਜਾਂ ਕੋਈ ਲਿਖਤੀ ਰੂਪ 'ਚ ਦਿੱਤਾ ਪੰਚਾਇਤ ਨੂੰ? ਪਹਿਲਾਂ ਤਾਂ ਮੈਂ ਮੌਜੂਦਾ ਸਰਪੰਚ ਜੋ ਸੀ ਜੀ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਜੀ, ਅਤੇ ਪਬਲਿਕ ਵੀ ਖੁਸ਼ ਹੈ, ਸਾਰਾ ਪਿੰਡ ਖੁਸ਼ ਹੈ, ਤੁਸੀਂ ਆਪਣਾ ਜਿਹੜਾ ਹੈਗਾ ਪਲਾਟ ਦਾ ਕਬਜ਼ਾ ਤੁੜਵਾ ਦਿੱਤਾ। ਪਰ ਮੈਂ ਅੱਜ ਜੋ ਤੁਹਾਡੇ ਪਾਸ ਬੇਨਤੀ ਲੈ ਕੇ ਆਇਆ ਕਿ ਉੱਥੇ ਇਹ ਪਰਿਵਾਰ ਜਿਹੜਾ ਹੈ ਨਾਲ ਦਾ ਘਰ ਦਾ ਜਿਹੜਾ ਉਹ ਫਿਰ ਦੁਬਾਰਾ ਕੋਸ਼ਿਸ਼ ਕਰ ਰਿਹਾ ਕਿ ਮੈਂ ਕਬਜ਼ਾ ਕਰ ਲਵਾਂ। ਕੀ ਨਾਮ ਉਹਨਾਂ ਦਾ? ਉਹਨਾਂ ਦਾ ਨਾਂ ਜੀ, ਵੱਡੇ ਮੁੰਡੇ ਦਾ ਨਾਂ ਤਾਂ ਹੈਗਾ ਜੀ ਆਪਣਾ ਅਮਰੀਕ ਸਿੰਘ, ਪੁੱਤਰ ਗੁਰਮੇਰ ਸਿੰਘ, ਛੋਟਾ ਜਿਹਾ ਹੈਗਾ ਵਾ ਜਿਹੜਾ ਉਹ ਹੈ ਕਸ਼ਮੀਰ ਸਿੰਘ ਕਾਲੂ, ਪੁੱਤਰ ਗੁਰਮੇਰ ਸਿੰਘ, ਅਤੇ ਉਹਦੀ ਜਿਹੜੀ ਮਾਤਾ ਸ਼੍ਰੀ ਆ ਉਹ ਹੈਗੀ ਰਾਣੀ, ਪਤਨੀ ਗੁਰਮੇਰ ਸਿੰਘ। ਇਹ ਕੰਧ ਅੱਜ ਸ਼ੁਰੂ ਨਹੀਂ ਸੀ ਹੋਈ, ਉਦੋਂ ਮੈਂ ਜਾਣੂ ਕਰਵਾ ਦਿੱਤਾ ਕਿ ਉਹਨਾਂ ਨੇ ਮੈਨੂੰ ਇਹ ਵਿਸ਼ਵਾਸ ਦਵਾਇਆ ਮੌਜੂਦਾ ਸਰਪੰਚ ਸੁਖਵਿੰਦਰ ਕੌਰ ਨੇ ਕਿ ਉਹ ਕੰਧ ਤਾਂ ਅਸੀਂ ਪਹਿਲਾਂ ਹੀ ਰੋਕ ਦਿੱਤੀ ਹੈ, ਉਹ ਅਸੀਂ ਹੁਣ ਨਹੀਂ ਦੇਣੀ। ਅਤੇ ਮੈਂ ਉਹਨਾਂ ਨੂੰ ਦੁਬਾਰਾ ਫਿਰ ਜਾਣੂ ਕਰਵਾਉਣ ਦੀ ਕੋਸ਼ਿਸ਼ ਕੀਤੀ, ਕਹਿੰਦੀ ਨਹੀਂ ਇਹ ਗੱਲ ਕੋਈ ਗੱਲ ਨਹੀਂ, ਤੁਸੀਂ ਆਏ ਜੇ ਜੀ ਆਇਆਂ ਨੂੰ, ਪਰ ਅਸੀਂ ਉਹ ਕੰਧ ਰੋਕ ਦਿੱਤੀ ਗਈ ਹੈ। ਹੋਰ ਕਿਸੇ ਉੱਚ ਅਧਿਕਾਰੀ ਨੂੰ ਇਸ ਸੰਬੰਧੀ ਕੋਈ ਦਰਖਾਸਤ ਕੀਤੀ ਹੈ? ਫਿਰ ਮੈਂ ਜਦੋਂ ਉਹਨਾਂ ਨੇ ਮੈਨੂੰ ਵਿਸ਼ਵਾਸ ਦਿੱਤਾ ਮੈਂ ਘਰ ਆ ਗਿਆ, ਅਤੇ ਮੈਂ ਅਗਲੇ ਦਿਨ ਕੀ ਵੇਖਦਾ ਹਾਂ ਕਿ ਉਹ ਕੰਮ ਤਾਂ ਉਹਨਾਂ ਰੁਕਿਆ ਹੀ ਨਹੀਂ, ਉਹ ਰੁਕਿਆ ਨਹੀਂ ਕੰਮ, ਅਤੇ ਫਿਰ ਮੈਂ ਕਿਸੇ ਨੂੰ ਨਹੀਂ ਕਿਹਾ, ਫਿਰ ਮੈਂ ਆਪਣੇ ਤੌਰ ਦੇ ਉੱਤੇ ਉਸ ਪਲਾਟ ਬਾਰੇ ਜਾਣਕਾਰੀ ਇਕੱਠੀ ਕੀਤੀ। ਇਕੱਠੀ ਕਰਕੇ ਫਿਰ ਮੈਂ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਲਿਖੀਆਂ ਨੇ, ਜੋ ਕਿ ਸਭ ਤੋਂ ਪਹਿਲਾਂ ਜਿਹੜੀ ਚਿੱਠੀ ਲਿਖੀ ਹੈ ਉਹ ਗ੍ਰਾਮ ਪੰਚਾਇਤ ਨੂੰ ਲਿਖੀ ਹੈ ਜੀ, ਗ੍ਰਾਮ ਪੰਚਾਇਤ ਤੋਂ ਲੈ ਕੇ ਪੰਚਾਇਤ ਸੈਕਟਰੀ, BDPO, SDM, ਬਾਬਾ ਬਕਾਲਾ, DDPO, DC, ਉਸ ਤੋਂ ਬਾਅਦ ਜੀ ਪੰਚਾਇਤ ਡਾਇਰੈਕਟਰ ਅਤੇ ਪੰਚਾਇਤ ਮੰਤਰੀ, ਇਹਨਾਂ ਸਾਰਿਆਂ ਨੂੰ ਚਿੱਠੀਆਂ ਲਿਖ ਚੁੱਕਾ। ਬਾਕੀ ਵੇਖੋ ਪ੍ਰਸ਼ਾਸਨ ਕੀ ਕਰਦਾ। ਚਿੱਠੀ ਕਿਸੇ ਦਾ ਕੋਈ ਜਵਾਬ ਆਇਆ? ਨਹੀਂ, ਅਜੇ ਫਿਲਹਾਲ ਸੀਟੀ ਨੂੰ ਮੈਂ ਚਿੱਠੀਆਂ ਜਿਹੜੀਆਂ ਕੱਢ ਚੁੱਕਾ ਜੀ। ਉਦਾਂ ਕੋਈ ਬਾਈ ਹੈਂਡ ਦੀ ਕਹੇ ਕਿਸੇ ਅਧਿਕਾਰੀ ਨੂੰ ਕੋਈ ਦਰਖਾਸਤ? ਨਹੀਂ, ਬਾਈ ਹੈਂਡ ਕਿਸੇ ਨੂੰ ਨਹੀਂ ਦਿੱਤੀ ਸਰ ਜੀ। ਹਾਂਜੀ, ਹੁਣ ਕੀ ਮੰਗ ਕਰਦੇ ਜੋ? ਮੈਂ ਤਾਂ ਇਹ ਮੰਗ ਕਰਦਾ ਹਾਂ ਕਿ ਜੇ ਜ਼ਿੰਮੇਵਾਰੀ ਬਣ ਜਿਹੜੀ ਹੈਗੀ ਉਹ ਪੰਚਾਇਤ ਦੀ ਬਣਦੀ ਹੈ ਜੀ, ਕਿਉਂਕਿ ਉਸ ਵੇਲੇ ਮੌਜੂਦਾ ਇਸ ਵੇਲੇ ਪੰਚਾਇਤ ਉਹਦੀ ਜਿਹੜੀ ਹੈਗੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਆ, ਅਤੇ ਉਹਦਾ ਫਰਜ਼ ਵੀ ਬਣਦਾ ਵੀ ਜੋ ਪੰਚਾਇਤੀ ਜਾਇਦਾਦ ਹੈਗੀ ਆ ਉਸ ਉੱਪਰ ਕਿਸੇ ਦਾ ਨਜਾਇਜ਼ ਕਬਜ਼ਾ ਨਾ ਹੋਣ ਦੇਵੇ, ਅਤੇ ਉਹਦੀ ਸਾਂਭ ਸੰਭਾਲ ਹੀ ਪੰਚਾਇਤ ਕੋਲ ਆ, ਅਤੇ ਨਜਾਇਜ਼ ਕਬਜ਼ਾ ਹੋਏਗਾ ਤਾਂ ਪਬਲਿਕ ਨੂੰ ਨੁਕਸਾਨ ਹੋਏਗਾ, ਉਹ ਇੱਕ ਵਿਅਕਤੀ ਨੂੰ ਫਾਇਦਾ ਦੇਣ ਵਾਸਤੇ ਦੂਸਰੇ ਜਿਹੜੇ ਪਬਲਿਕ ਹੈ ਉਹਨੂੰ ਨੁਕਸਾਨ ਕਰੇਗੀ।
ਤੁਹਾਡੇ ਕੋਲ ਕੋਈ ਰਿਕਾਰਡ ਦੇ ਵਿੱਚ ਹੈਗੀ ਕੋਈ ਇਹੋ ਜਿਹੀ ਮਤਲਬ ਲਿਖਤ ਪੜ੍ਹਤ ਜਿੱਦਾਂ ਕੋਈ ਪੰਚਾਇਤੀ ਨਾਂ ਥਾਂ ਦੀ ਸ਼ੋਅ ਕਰਦਾ ਹੋਵੇ? ਜੋ ਮੈਂ ਜਾਣਕਾਰੀ ਇਕੱਠੀ ਕੀਤੀ ਹੈ ਉਹਦੇ ਵਿੱਚ ਇੱਕ ਪੁਰਾਣੀ ਮੁਸਾਫੀ ਆ ਜੀ, ਆਹ ਤੁਸੀਂ ਦੇਖ ਸਕਦੇ ਜੇ, ਮੈਂ ਉਸ ਜਗ੍ਹਾ 'ਤੇ ਤੁਹਾਨੂੰ ਲੈ ਕੇ ਚੱਲਦਾ। ਇਹ ਜਗ੍ਹਾ ਹੈ ਜੀ, ਸ਼ਾਇਦ ਦੇਖੋ 217 ਨੰਬਰ ਸ਼ਾਇਦ ਦਿਸਦਾ ਜੀ। ਹਾਂਜੀ, ਜੋ ਪੰਚਾਇਤੀ ਪਲਾਟ ਹੈ, ਅਤੇ ਦੂਸਰਾ ਮੇਰੇ ਕੋਲ ਇੱਕ ਜਮ੍ਹਾਂਬੰਦੀ ਹੈ ਜੀ, ਜਿਹਦੇ ਵਿੱਚ ਉਹਦਾ ਵੇਰਵਾ ਹੈ 217 ਦਾ। ਇਹ ਤੁਸੀਂ ਵੇਖ ਸਕਦੇ ਜੇ ਕਿ ਉਹਦਾ ਮਾਲਕ ਜਿਹੜਾ ਗ੍ਰਾਮ ਪੰਚਾਇਤ ਹੈ, ਠੀਕ ਹੈ ਜੀ ਜੀ, ਅਤੇ ਉਹ ਇੱਕ 11 ਮਰਲੇ ਦਰਸਾ ਰਹੀ ਹੈ ਅਤੇ ਇੱਕ 12 ਮਰਲੇ, ਹੁਣ 16 ਨੰਬਰ ਹੈ ਜਾਂ 17 ਨੰਬਰ, ਇਹ ਕਲੀਅਰ ਨਹੀਂ ਹੋ ਰਿਹਾ ਮੁਸਾਫੀ 'ਚ। ਸੋ ਮੇਰੀ ਬੇਨਤੀ ਇਹ ਹੈ ਕਿ ਪ੍ਰਸ਼ਾਸਨ ਵੀ ਇਸ ਚੀਜ਼ ਨੂੰ ਆਪਣੇ ਨੌਲੇਜ 'ਚ ਲਿਆਵੇ ਅਤੇ ਇਸ 'ਤੇ ਬਣਦੀ ਕਾਰਵਾਈ ਜਿਹੜੀ ਹੈ ਨਾ ਉਹ ਕੀਤੀ ਜਾਵੇ। ਜੇਕਰ ਪੰਚਾਇਤ ਇਹ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਤਾਂ ਉਸਨੂੰ ਵੀ ਪੁੱਛਿਆ ਜਾਵੇ ਕਿ ਉਹ ਕਿਸੇ ਖਾਸ ਮਕਸਦ ਲਈ ਜ਼ਿੰਮੇਵਾਰੀ ਨਹੀਂ ਨਿਭਾ ਰਹੀ, ਜਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਜੀ, ਜਾਂ ਉਹ ਆਪਣੇ ਫਰਜ਼ ਤੋਂ ਭੱਜ ਰਹੀ ਹੈ। ਹੁਣ ਕੀ ਮੰਗ ਹੈ ਤੁਹਾਡੀ? ਮੇਰੀ ਮੰਗ ਇਹੀ ਹੈ ਜੀ ਵੀ ਮੈਨੂੰ ਇਸ ਚੀਜ਼ ਦਾ ਇਨਸਾਫ ਚਾਹੀਦਾ ਹੈ ਕਿ ਜੇ ਤਾਂ ਪੰਚਾਇਤ ਵਿੱਚ ਕੋਈ ਖਾਮੀ ਹੈ ਉਹ ਆਪਣੀ ਦਰਸਾਵੇ, ਜਾਂ ਫਿਰ ਜੇ ਪੰਚਾਇਤ ਵਿੱਚ ਖਾਮੀ ਨਹੀਂ ਹੈਗੀ ਤਾਂ ਪਿੰਡ ਦਾ ਪਲਾਟ ਪਿੰਡ ਨੂੰ ਦਿੱਤਾ ਜਾਵੇ, ਨਾ ਕਿ ਇੱਕ ਜਣੇ ਨੂੰ ਦਿੱਤਾ ਜਾਵੇ। ਜਾਇਦਾਦ ਪੰਚਾਇਤ ਦੀ ਹੈ, ਪਬਲਿਕ ਦੀ ਹੈ। ਮੰਨ ਲਓ ਜੇ ਪੰਚਾਇਤ ਨਹੀਂ ਇਹ ਕਬਜ਼ਾ ਛਡਾਉਂਦੀ ਇਹਨਾਂ ਕੋਲੋਂ, ਤਾਂ ਤੁਹਾਡਾ ਅਗਲਾ ਪ੍ਰੋਸੈਸ ਕੀ ਹੋਏਗਾ? ਮੈਂ ਤਾਂ ਪਹਿਲਾਂ ਬੇਨਤੀ ਵਿਰੂਪਕ ਜੋ ਹੈ ਉਹ ਤਾਂ ਕਰ ਚੁੱਕਾ ਹਾਂ ਕਿ ਇਹਨੂੰ ਰੋਕਿਆ ਜਾਵੇ। ਜੇਕਰ ਪੰਚਾਇਤ ਫਿਰ ਵੀ ਨਹੀਂ ਇਸ ਵਿਸ਼ੇ 'ਤੇ ਕੰਮ ਕਰਦੀ, ਜਾਂ ਆਪਣਾ ਹੱਥ ਪਿੱਛੇ ਖਿੱਚਦੀ ਹੈ, ਜਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਦੀ ਹੈ, ਜਾਂ ਆਪਣੇ ਫਰਜ਼ ਤੋਂ ਭੱਜਦੀ ਹੈ, ਤਾਂ ਫਿਰ ਮੈਂ ਮਾਣਯੋਗ ਅਦਾਲਤ ਵਿੱਚ ਜਾਵਾਂਗਾ ਅਤੇ ਉਹਦਾ ਬੂਹਾ ਖੜਕਾਵਾਂਗਾ ਤਾਂ ਕਿ ਮੈਨੂੰ ਇਨਸਾਫ਼ ਮਿਲ ਸਕੇ, ਮੇਰੀ ਪਬਲਿਕ ਨੂੰ ਇਨਸਾਫ਼ ਮਿਲ ਸਕੇ। ਠੀਕ ਭੈਣ ਜੀ, ਜਿਹੜੇ ਤੁਹਾਡੇ ਦੇ ਮਨੋਹਰ ਸਿੰਘ ਵੱਲੋਂ ਦੋਸ਼ ਲਾਏ ਗਏ ਕਿ ਜਗ੍ਹਾ ਸਰਕਾਰੀ ਬੁਲਾਉਂਦੇ ਪਏ ਜੇ, ਉਸ ਸੰਬੰਧੀ ਤੁਹਾਡਾ ਕੀ ਕਹਿਣਾ ਜੀ? ਹਾਂਜੀ, ਮੈਂ ਪਿੰਡ ਮਲਕ ਨੰਗਲ ਦੀ ਸੁਖਵਿੰਦਰ ਕੌਰ ਸਰਪੰਚ ਹਾਂ। ਮਨੋਹਰ ਸਿੰਘ ਜਿਹੜਾ ਵਾ ਜੀ, ਅਸਲ ਮਕਸਦ ਜਿਹੜਾ ਉਹਦਾ ਇਹ ਹੈਗਾ ਆ ਕਿ ਉਹਦੇ ਘਰ ਦੇ ਸਾਹਮਣੇ ਜਿਹੜਾ ਕੂੜੇ ਵਾਲਾ ਡੰਪ ਵਾ ਉਹ ਤਿਆਰ ਨਾ ਕੀਤਾ ਜਾਵੇ ਜੀ। ਡੰਪ ਜਿਹੜਾ ਵਾ ਸਾਡੇ ਕੋਲ ਕੋਈ ਕੂੜਾ ਸੁੱਟਣ ਵਾਸਤੇ ਜਿਹੜੀ ਜਗ੍ਹਾ ਹੈ ਨਹੀਂ ਹੈਗੀ। ਉਹ ਜਗ੍ਹਾ ਜਿਹੜੀ ਕੁਛ ਲੋਕਾਂ ਕੋਲ ਜਿਹੜੀ ਸੀ ਹੈਗੀ ਸੀ ਅਤੇ ਉਹਨਾਂ ਕੋਲ ਅਸੀਂ ਛਡਵਾਈ ਕਬਜ਼ਾ ਜਿਹੜਾ ਉਹ ਛਡਵਾਇਆ ਹੈਗਾ ਆ ਕੂੜਾ ਸੁੱਟਣ ਵਾਸਤੇ। ਅਤੇ ਉਹ ਜਿਹੜਾ ਵੀ ਲੋਕਾਂ ਨੂੰ ਬਹੁਤ ਪ੍ਰੋਬਲਮ ਸੀ, ਕੂੜਾ ਕੋਈ ਕਦੀ ਕਿਸੇ ਦੇ ਬੂਹੇ ਦੇ ਗਾੜੀ ਸੁੱਟਦਾ ਸੀ, ਇੱਦਾਂ ਲੜਾਈ ਝਗੜਾ ਰਹਿੰਦਾ ਸੀ, ਇਸ ਕਰਕੇ ਅਸੀਂ ਉਹ ਜਗ੍ਹਾ ਜਿਹੜੀ ਆ ਉਹ ਖਾਲੀ ਕਰਵਾਈ ਹੈਗੀ ਆ। ਅਤੇ ਮਨੋਹਰ ਸਿੰਘ ਦਾ ਜਿਹੜਾ ਇਹ ਹੈਗਾ ਵਾ ਵੀ ਮੇਰੇ ਬੂਹੇ ਦੇ ਗਾੜੀ ਜਿਹੜਾ ਵਾ ਡੰਪ ਜਿਹੜਾ ਉਹ ਤਿਆਰ ਨਾ ਕੀਤਾ ਜਾਵੇ। ਉਹਨੇ ਤੁਹਾਨੂੰ ਕੋਈ ਲਿਖਤੀ ਰੂਪ 'ਚ ਦਿੱਤਾ ਹੈ? ਹਾਂਜੀ, ਲਿਖਤੀ ਰੂਪ 'ਚ ਦਿੱਤਾ ਕੁਝ? ਹਾਂਜੀ ਜੀ, ਲਿਖਤੀ ਰੂਪ ਦੇ ਵਿੱਚ ਕੱਲ੍ਹ ਸਾਨੂੰ ਨੋਟਿਸ ਜਿਹੜਾ ਜੀ ਮਿਲਿਆ ਹੈਗਾ ਜੀ। ਹਾਂਜੀ, ਅਤੇ ਕੀ ਉਹ ਜਗ੍ਹਾ ਕਿੰਨੀ ਜੀ ਜਿੱਥੇ ਕਬਜ਼ਾ ਕਹਿਣ ਦੇ ਕਰਵਾਉਣ ਦੇ ਪਏ ਜੀ? ਉਹ ਜਗ੍ਹਾ ਜਿਹੜੀ ਆ ਜੀ ਇਹ ਤਾਂ ਕਹਿੰਦਾ ਕਿ ਮੈਨੂੰ ਪਤਾ ਵੀ ਨਹੀਂ ਆ ਕਿ 12 ਮਰਲੇ ਦੱਸਦਾ ਆ, ਪਰ ਉਹ 12 ਮਰਲੇ ਜਿਹੜੀ ਜਗ੍ਹਾ ਨਹੀਂ ਹੈਗੀ ਆ, ਉਹ ਜਿੰਨੀ ਜਗ੍ਹਾ ਉੱਥੇ ਹੈਗੀ ਸੀ ਜਿੰਨਾ ਲੋਕਾਂ ਦਾ ਕਬਜ਼ਾ ਸੀ ਓਨੀ ਹੀ ਜਗ੍ਹਾ ਜਿਹੜੀ ਆ ਉਹ ਪੂਰੀ ਦੀ ਪੂਰੀ ਜਿਹੜੀ ਆ ਉੱਥੇ ਜਿਹੜੀ ਆ ਵੀ ਲੋਕਾਂ 'ਤੇ ਕੂੜਾ ਸੁੱਟਣ ਵਾਸਤੇ ਲੋਕਾਂ ਨੂੰ ਦਿੱਤੀ ਗਈ ਹੈ ਜੀ। ਠੀਕ ਹੈ, ਹਾਂਜੀ। ਬਾਕੀ ਇੱਕ ਵੇਖੋ ਜਿਹੜਾ ਮਨੋਹਰ ਸਿੰਘ ਆ ਹਾਂਜੀ, ਉਹ ਜਿਹੜਾ ਵਾ ਸਾਡੇ 'ਤੇ ਜਿਹੜੇ ਦੋਸ਼ ਲਾਉਣ ਦਿਆ ਉਹ ਬੇਬੁਨਿਆਦ ਆ। ਅਤੇ ਮਨੋਹਰ ਸਿੰਘ ਨੇ ਖੁਦ ਆਪਣਾ ਜਿਹੜਾ ਪੁਰਾਣਾ ਇਹਦਾ ਘਰ ਵਾ ਜੀ, ਜਿਹੜਾ ਪੁਰਾਣਾ ਘਰ ਜਿਹੜਾ ਉਹਦੇ ਜਿਹੜੇ ਸਾਹਮਣੇ ਆ ਜਗ੍ਹਾ ਉੱਥੇ ਆਪ ਕਬਜ਼ਾ ਕੀਤਾ ਹੋਇਆ ਵਾ।
ਕਿੰਨੀ ਜਗ੍ਹਾ ਤੇ ਕਬਜ਼ਾ ਕੀਤਾ ਉਹਨੇ? ਇਹਦਾ ਜੀ ਹੁਣ 5-6 ਮਰਲੇ ਜਿਹੜੀ ਜਗ੍ਹਾ ਵਾ ਉਹਦੇ ਤੇ ਇਹਦਾ ਕਬਜ਼ਾ ਜਿਹੜਾ ਜੀ ਹੈਗਾ ਜੀ। ਠੀਕ ਹੈ ਜੀ। ਹਾਂ, ਮਿੱਟੀ ਪਵਾਈ ਉੱਥੇ ਨੇ, ਸਬਜ਼ੀਆਂ ਸੁਬਜ਼ੀਆਂ ਤਾਈਆਂ ਹੈਗੀਆਂ ਆ। ਜਿਹੜਾ ਹੁਣ ਇਹ ਜਿੱਥੇ ਰਹਿ ਰਿਹਾ ਵਾ ਇਹ ਤੇ ਕੁਛ ਦਿਨਾਂ ਤੋਂ ਹੀ ਉੱਥੇ ਨਵੇਂ ਘਰ ਦੇ ਵਿੱਚ ਸ਼ਿਫਟ ਹੋਇਆ। ਜਿਹੜਾ ਇਹਦਾ ਪੁਰਾਣਾ ਘਰ ਵਾ ਉੱਥੇ ਇਹਨੇ 5-6 ਮਰਲੇ ਜਿਹੜੀ ਜਗ੍ਹਾ ਤੇ ਆਪ ਕਬਜ਼ਾ ਕੀਤਾ ਹੋਇਆ ਵਾ। ਠੀਕ ਆ। ਤੇ ਜਿੱਦਾਂ ਤੁਸੀਂ ਕਹਿਣ ਡੇ ਕਿ ਬਾਦੀ ਵਾਲੀ ਜਗ੍ਹਾ ਤੇ ਡੰਪ ਬਣਾਉਣਾ ਕੂੜੇਦਾਨ, ਉਹ ਸਹੀ ਆ ਕਿ ਜਾਂ ਤੁਹਾਨੂੰ ਕੀ ਲੱਗਦਾ? ਵੇਖੋ ਇਹ ਵੀ ਜਿਹੜੀ ਅਸੀਂ ਸਾਰੇ ਪਿੰਡ ਦੇ ਨਾਲ ਸਲਾਹ ਦੇ ਨਾਲ ਹੀ ਜਿਹੜਾ ਇਹ ਕੰਮ ਕੀਤਾ ਹੈਗਾ ਆ, ਕਿਉਂਕਿ ਸਾਡੇ ਕੋਲ ਹੋਰ ਕਿਤੇ ਜਗ੍ਹਾ ਹੈ ਨਹੀਂ ਆ ਜੀ। ਹੋਰ ਕਿਤੇ ਜਗ੍ਹਾ ਹੈ ਨਹੀਂ ਆ, ਇਹੀ ਜਗ੍ਹਾ ਵਾ ਜਿਹੜੀ ਸਾਡੇ ਕੋਲ ਵੀ ਹੈਗੀ ਆ, ਤੇ ਇੱਥੇ ਇਸ ਕਰਕੇ ਅਸੀਂ ਜਿਹੜੀ ਆ ਵੀ ਇੱਥੇ ਕੂੜੇ ਵਾਲਾ ਡੰਪ ਜਿਹੜਾ ਉਹ ਤਿਆਰ ਕਰ ਰਹੇ ਹਾਂ। ਉੱਥੇ 4 ਦੁਆਰੀ ਕਰਾਂਗੇ, 4 ਦੁਆਰੀ ਕਰਕੇ ਰਸਤਾ ਬਣਾਵਾਂਗੇ। ਹਾਂਜੀ ਕਸ਼ਮੀਰ ਜੀ, ਤੁਹਾਡੇ ਉੱਪਰ ਮਨੋਹਰ ਸਿੰਘ ਨੇ ਦੋਸ਼ ਲਾਏ ਆ ਵੀ ਪੰਚਾਇਤੀ ਜਗ੍ਹਾ ਦੇ ਉੱਪਰ ਕਬਜ਼ਾ ਕਰਦੇ ਪਏ ਜੇ, ਇਸ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਅਸੀਂ ਪਹਿਲਾਂ ਦੱਸਿਆ ਵੀ ਆਪਾਂ ਦੇ ਆਪਾਂ ਜੋ ਸਰਪੰਚ ਨੇ ਸਿਧਾਰਤਾ ਆਪਣਾ ਉਹ ਸਰਦਾ ਸੀ, ਬਾਕੀ ਆਪਣਾ ਹੀ ਕੰਡੇ ਪਿੱਛੇ ਕੰਧ ਪਹਿਲਾਂ ਵੀ ਹੋਈ ਉਸੇ ਕੰਧ ਤੋਂ ਬਾਅਦ ਸਰਦਾ ਮੁੜ ਕੇ ਆਪਣਾ ਆਪ ਹੀ ਕੰਡੇ ਸੀ। ਕਿੰਨੀ ਜਗ੍ਹਾ ਵਾ? 10 ਮਹੱਲੇ ਆ ਜੀ। ਪੰਚਾਇਤੀ ਜਗ੍ਹਾ ਕਿੰਨੀ ਆ ਤੁਹਾਡੇ ਲਾਗੇ? ਪੰਚਾਇਤੀ ਜਗ੍ਹਾ ਆਹ ਵਾ ਆਹ ਵਾਲੀ, ਇਹ ਤੁਹਾਡੇ 10 ਮਰਲਿਆਂ ਦੀ ਕੋਈ ਨਿਸ਼ਾਨਦੇਹੀ ਹੋਈ ਆ? ਹਾਂਜੀ, ਉਹਦੇ ਲਿਖਿਆ ਪਰਦਾ ਸਭ ਕੁਝ ਕੱਢ ਦੋ। ਹੈਲੋ। ਹਾਂਜੀ ਹਾਂਜੀ, ਵੀਰ ਜੀ ਸਾਹਿਬ ਬੋਲ ਰਹੇ? ਹਾਂਜੀ ਹਾਂਜੀ, ਹਰਸਿੱਖੇ ਤੋਂ। ਹਾਂਜੀ, ਮੈਂ ਸੁਖਨਾਮ ਸਿੰਘ ਬੋਲ ਰਿਹਾ। ਹਾਂਜੀ, ਚੀਫ ਐਡੀਟਰ ਇੰਡੀਆ ਕ੍ਰਾਈਮ ਨਿਊਜ਼ ਤੋਂ। ਹਾਂਜੀ, ਸਾਡੇ ਪੱਤਰਕਾਰ ਤੁਹਾਡੇ ਨਾਲ ਕੰਟੈਕਟ ਕਰਨਾ ਚਾਹ ਰਿਹਾ ਸੀ ਤੇ ਤੁਸੀਂ ਟਾਈਮ ਟੂ ਟਾਈਮ ਉਹਨਾਂ ਨਾਲ ਅੱਗੇ ਟਾਈਮ ਕਰੀ ਗਏ ਹੋ ਤੇ ਤੁਹਾਡੇ ਵਰਸ਼ਨ ਲੈਣੇ ਸੀਗੇ। ਇਹ ਤਰਸਿੱਖ ਆਪਣਾ ਮਲਕ ਨੰਗਲ ਪਿੰਡ ਦੇ ਵਿੱਚ ਜਿਹੜਾ ਪੰਚਾਇਤ ਵੱਲੋਂ ਕਬਜ਼ਾ ਕਰਾਇਆ ਜਾ ਰਿਹਾ ਵਾ ਇੱਕ ਪਲਾਟ ਤੇ, ਉਹਦੇ ਬਾਰੇ ਪੁੱਛਣਾ ਕਿ ਤੁਸੀਂ ਕੀ ਕਹਿਣਾ ਚਾਹੁੰਦੇ? ਉਹਦੇ 'ਚ ਜੋ ਸਾਡੇ ਧਿਆਨ 'ਚ ਲਿਆਂਦਾ ਵਾ ਜਦੋਂ ਐਪਲੀਕੇਸ਼ਨ ਆਈ ਹੈ, ਪੰਚਾਇਤ ਦਫ਼ਤਰ ਨੇ ਮੌਕਾ ਵੇਖਿਆ, ਮੌਕਾ ਵੇਖ ਕੇ ਅਸੀਂ ਲਿਖਿਆ ਵਾ ਜਿਹੜੀ ਸੰਬੰਧਿਤ ਡਿਪਾਰਟਮੈਂਟ ਨੂੰ ਲਿਖਣਾ। ਅੱਛਾ ਜੀ। ਤੇ ਉਹਦੇ ਵਿੱਚ ਸਰਪੰਚ ਨੇ ਕਿਹਾ ਵਾ ਕਿ ਮੈਂ ਇੱਥੇ ਕੂੜੇ ਦਾ ਡੰਪ ਬਣਵਾਉਣਾ ਚਾਹੁੰਦਾ ਵਾ, ਤੇ ਕੀ ਪਿੰਡ ਦੇ ਵਿੱਚ ਘਰ ਕਿਸੇ ਦੇ ਘਰ ਦੇ ਅੱਗੇ ਕੂੜੇ ਦਾ ਡੰਪ ਬਣ ਸਕਦਾ ਵਾ? ਸਾਹਮਣੇ ਆਹਮੋ ਸਾਹਮਣੇ ਗੱਲ ਹੋਊਗੀ, ਫਿਰ ਇਹਦੇ ਬਾਰੇ ਜਵਾਬ ਦੇ ਸਕਦੇ ਆ। ਚਲੋ ਠੀਕ ਹੈ ਜੀ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ